लो भाई दिखाने तुहानू आ डाक्टर गड्डी दे विच हुण बकरियां भी बड़ी महंगीआं गड्डियां च जांदियां नेगियां दिखाने तुहानू बाई लैके जा रहे नेगे एक बकरी खरीदी इन्हां ने एक नग दिखाने तुहानू नग भी दिखाउणा ते पुछदिआं बाईआं तों वी की गल्लबात आ आयो भाई आयो ਸਸਿਕਾ ਬਾਈ ਜੀ ਸਸਿਕਾ ਬਾਈ ਕਿਹੜਾ ਪਿੰਡਾ ਬਾਈ ਤਲਵੰਡੀ ਸਭ ਤੋਂ ਆਉਂਦਾ ਕੀ ਨਾਮ ਆ ਬੋਗਾ ਸਿੰਘ ਜੀ ਸਾਡਾ ਨਾਮ ਬੋਗਾ ਸਿੰਘ ਹਾਂਜੀ ਠੀਕ ਹੈ ਇਹ ਬਾਈ ਨੇ ਲਈ ਹੈ ਹਿੰਮਤ ਸਿੰਘ ਗਿੱਲ ਨੇ ਠੀਕ ਹੈ ਇਹਨਾਂ ਨੇ ਫਾਰਮ ਚਾਲੂ ਕਰਨਾ ਨਵੇਂ ਸਿਰੇ ਨਵਾਂ ਫਾਰਮ ਸ਼ੁਰੂ ਕੀਤਾ ਕਿੰਨੇ ਨਾਗ ਨੇ ਬਾਈ ਜੀ ਪਹਿਲਾ ਨਾਗ ਹੀ ਖਰੀਦਿਆ ਜੀ ਅਜੇ ਇਥੋਂ ਅੱਛਾ ਹਾਂਜੀ ਉਹਦਾ ਫਾਰਮ ਬਣਾ ਲਿਆ ਹਾਂ ਫਾਰਮ ਘਰੇ ਤਿਆਰ ਬੱਕਰੀ ਸੂਈ ਹੋਈ ਆ ਸੂਈ ਹੋਈ ਜੀ ਮਗਰ ਪੱਠਾ ਹੈ ਮਗਰ ਪੱਠਾ ਜੀ ਕੰਨ ਛੱਡ ਹਾਂ ਬਰਾਬਰ ਦੀ ਉਹ ਹੈ ਆ ਲੋ ਵੀ ਆ ਬੱਕਰੀ ਖਰੀਦੀ ਆ ਤੇ ਇਹਦੇ ਵਿੱਚ ਲੈ ਕੇ ਜਾਣੀ ਆ ਡਾਕਟਰ ਦੇ ਵਿੱਚ ਤੁਹਾਨੂੰ ਐ ਨਹੀਂ ਲੱਗਦਾ ਬਾਈ ਗੱਡੀ ਵੱਡੀ ਚ ਲੈ ਕੇ ਜਾ ਰਹੇ ਹੋਗੇ ਕੋਈ ਚੱਕਰ ਨਹੀਂ ਹੈ ਜਾਨਵਰ ਯਾਰ ਐਡੀ ਗੱਡੀ ਚ ਯਾਰ ਬੱਕਰੀ ਚਾੜ ਲਈ ਜਾਨਵਰਾਂ ਤੋਂ ਚੰਗਾ ਤਾਂ ਕੁਝ ਨਹੀਂ ਹੁੰਦਾ ਜੀ ਅੱਛਾ ਸ਼ੌਂਕ ਹੈ ਬਾਈ ਜੀ ਜਾਨਵਰਾਂ ਦਾ ਠੀਕ ਹੈ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਤੁਹਾਨੂੰ ਪਤਾ ਹੀ ਹੈ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਵੀ ਇਹਦੇ ਵਿੱਚ ਚਾੜ ਕੇ ਲੈ ਕੇ ਜਾਣੀ ਆ ਬਈ ਇੱਕ ਬੱਚਾ ਇਹਦੇ ਨਾਲ ਕਿੱਥੇ ਬੱਚਾ ਲੈ ਵੀ ਕਿੰਨੇ ਮੁੱਲ ਚ ਖਰੀਦੀ ਵੀਰੇ ਇਹ ਅਸੀਂ 37000 ਦੀ ਖਰੀਦੀ 37000 ਹਾਂਜੀ ਲੈ ਵੀ 37000 ਦੀ ਬੱਕਰੀ ਖਰੀਦੀ ਦੇਖ ਲਓ 2.5-3 ਲੀਟਰ ਦੁੱਧ ਦਾ 2.5-3 ਲੀਟਰ ਦੁੱਧ ਵਾਲੀ ਹਾਂਜੀ ਲਿਓ ਵੀ ਪੱਠ ਦਿਖਾ ਉਹ ਦੇਖ ਲਓ ਬਾਈ ਪੱਠ ਬੜੀ ਚੰਗੀ ਆ ਜੇ ਨਾਲ ਗੱਲਬਾਤ ਕਰੀਏ ਪੂਰੀ ਕੁਆਲਿਟੀ ਦੀ ਪੱਠ ਹੈਗੀ ਆ ਦੇਖ ਲਓ ਜਿਹਦੇ ਤੇ ਮੂੰਹ ਤੇ ਮਾਰਾਂਗੇ ਤੇ ਕੈਮਰਾ ਇੱਥੇ ਦਿਖਾਉਗੇ ਤੁਹਾਨੂੰ ਇਧਰ ਇਧਰ ਲਿਆ ਬਾਈ ਕੈਮਰਾ ਆ ਦੇ ਪੂਰੀ ਵਧੀਆ ਕੁਆਲਿਟੀ ਦੀ ਪੱਠ ਹੈਗੀ ਇਸ ਬੱਕਰੀ ਦੀ ਕਿੰਨੇ ਕਿੰਨਾ ਨਗ ਰੱਖਣੇ ਨੇ ਬਾਈ ਜੀ ਫਿਰ ਬਾ 15 ਤੋਂ 20 ਨਗ ਰੱਖਾਂਗੇ ਬਾਈ ਜੀ ਕਿਸ ਤਰ੍ਹਾਂ ਦੇ ਨਗ ਰੱਖਣੇ ਨੇ ਬਾ ਪੂਰੇ ਚੰਗੇ ਬੀਟਲ ਕੱਲੇ ਠੀਕ ਹੈ ਚੋਟੀ ਦੇ ਰੱਖਣੇ ਪਹਿਲਾ ਕੰਮ ਕਾਇਕਾ ਦਾ ਪਹਿਲਾ ਕੰਮ ਕਾਜ ਘੋੜੇ ਆਈ ਤੇ ਜਾਂ ਬਾਹੀ ਆ ਬਸ ਕਿੰਨੇ ਕੁੱਤੇ ਘੋੜੇ ਘੋੜੇ ਬਸ ਹੁਣ ਇਹ ਕਾਂਟੇ ਦਾ ਬੱਚਾ ਹੈ ਕਾਲੇ ਕਾਂਠੇ ਦਾ ਹਾਂ ਬਸ਼ੇਰਾ ਪਾਲੀ ਜਾਂਦੇ ਆ ਠੀਕ ਹੈ ਤੇ ਘੋੜੀਆਂ ਵੱਡੀਆਂ ਵੇਚਤੀਆਂ ਸੀ ਠੀਕ ਹੈ ਹਾਂ ਬਸ 3 ਕਨਾਗੀ ਹੋਰ ਰੱਖਦੇ ਹੁੰਦੇ ਨੇ ਜਾਨਵਰਾਂ ਹੈਗੇ ਨੇਗੇ ਬਸ ਇਹ ਕੁੱਤੇ ਕੱਤੇ ਰੱਖ ਲਈਦੇ ਆ ਉਹ ਸ਼ੌਂਕ ਨੂੰ ਹੈ ਠੀਕ ਬਸ ਹੁਣ ਜਾਨਵਰ ਪਹਿਲਾਂ ਘੋੜੀਆਂ ਨੂੰ 10-15 ਸਾਲ ਹੋ ਕੇ ਰੱਖਦੇ ਨੇ ਠੀਕ ਹੈ ਹਾਂ ਵੀ ਹੁਣ ਇਹ ਵੀ ਕਰਨਾ ਇਹ ਵੀ ਕਰਨਾ ਠੀਕ ਹੈ ਬਾਈ ਧੰਨਵਾਦ ਹੈ ਠੀਕ ਹੈ ਬਾਈ ਓਕੇ ਠੀਕ ਹੈ ਲੈ ਬਈ ਵਧੀਆ ਗੱਲ ਆ ਬਾਈਆਂ ਨੇ ਜਿਹੜੇ ਵੀ ਜਾਨਵਰਾਂ ਦਾ ਸ਼ੌਂਕ ਰੱਖਦੇ ਨੇ ਉਹ ਕੋਈ ਨਾ ਕੋਈ ਹੋਰ ਜਾਨਵਰ ਦਾ ਸ਼ੌਂਕ ਨਾਲ ਪਾਲ ਹੀ ਲੈਂਦੇ ਨੇ ਤੇ ਆ ਦੇਖੋ ਬਾਈਆਂ ਨੇ ਚਾੜ ਲਈ ਡਾਕਟਰ ਗੱਡੀ ਦੇ ਵਿੱਚ ਬੱਕਰੀ ਸੂਈ ਹੋਈ ਨਾਲ ਇਹਦਾ ਬੱਚਾ ਤੇ ਬਾਈ ਚੱਲਦੇ ਨੇ ਆਪਾਂ ਉਧਰ ਨੂੰ ਚੱਲ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਲਹਿਰਾ ਬੇਗਾ ਦੀ ਬੱਕਰੀਆਂ ਦੀ ਮੰਡੀ ਤੇ ਖੜਿਆਂ ਵੀਰੋ ਸੋਮਵਾਰ ਨੂੰ ਮੰਡੀ ਲੱਗਦੀ ਹੈ ਚੰਗੇ ਚੰਗੇ ਜਾਨਵਰ ਤੁਹਾਨੂੰ ਦਿਖਾਉਣ ਲੱਗਿਆਂ ਕਿੱਥੋਂ ਕਿੱਥੋਂ ਵੀਰ ਆਏ ਨੇ ਕਿੱਥੋਂ ਕਿੱਥੋਂ ਬੱਕਰੀਆਂ ਵਿਕਣੀਆਂ ਆਉਂਦੀਆਂ ਨੇ ਜਾਂ ਗਾਹਕ ਵੇਚਣ ਦੇ ਲਈ ਆਉਂਦੇ ਨੇ ਖਰੀਦਣ ਦੇ ਲਈ ਆਉਂਦੇ ਨੇ ਹਨਾ ਕੀ ਹਾਲ ਆ ਵੀਰ ਵਧੀਆ ਵੀਰ ਕਿਹੜਾ ਪਿੰਡ ਆ ਵੀਰੇ ਪਿੰਡ ਸੀਰ ਵਾਲੀ ਵੀਰੇ ਕਿਹੜਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਸ਼੍ਰੀ ਮੁਕਤਸਰ ਸਾਹਿਬ ਕਿੰਨੇ ਨਗ ਲਿਆਂਦੇ ਵੀਰੇ ਆਪਾਂ ਲਿਆਂਦੇ 11 ਨਗ 11 ਨਗ ਹਾਂਜੀ ਆ ਬੱਕਰੀ ਹਾਂਜੀ ਇਹ ਬੱਕਰੀ ਲਿਆਂਦੀ ਹੈ ਵਿਕਾਊ ਹੈ ਜੇ ਕੋਈ ਚੰਗੀ ਕੀਮਤ ਦੇਊ ਤਾਂ ਸੇਲ ਕਰ ਦਾਂਗੇ ਵੀਰੇ ਠੀਕ ਹੈ ਬੱਕਰੀ ਜਮਾ ਠੀਕ ਹੈ ਬੱਕਰੀ ਠੀਕ ਹੈ ਇੱਥੋਂ ਜਿੱਤੀ ਇਹ ਮਿਲਕਿੰਗ ਚੋਈ ਫਸਟ ਆਈ ਵੀ ਆਈ ਵਿਕ ਲੈ ਰਹੀ ਠੀਕ ਹੈ ਪਿਛਲੇ ਆਪਣੇ ਹਾਂਜੀ 4-5 ਮਹੀਨੇ ਪਹਿਲਾਂ ਨਾ ਪਹਿਲਾਂ ਠੀਕ ਹੈ ਕਿਹੜੇ ਸਥਾਨ ਤੇ ਰਹੀ ਆ ਫਸਟ ਆਈ ਹੈ ਜੀ ਫਸਟ ਹਾਂਜੀ ਲੈ ਵੀ ਇਹ ਬੱਕਰੀ ਆ ਜਿਹੜੀ ਫਸਟ ਰਹੀ ਹੋਈ ਆ ਦੁੱਧ ਦੇ ਰਿਕਾਰਡ ਦੇ ਵਿੱਚ ਕਿੰਨਾ ਦੁੱਧ ਕੱਢਿਆ ਸੀ ਵੀਰੇ ਜਦ ਇਹਨੇ ਇੱਥੇ ਕੱਢਿਆ ਸੀਗਾ 5 ਕਿਲੋ ਪਤਾ ਨਹੀਂ ਕਿੰਨਾ ਕੱਢਿਆ ਸੀ 5 ਲੀਟਰ ਦੇ ਉੱਪਰ ਸੀਗਾ ਉੱਪਰ ਸੀਗਾ ਘਰੇ ਤਾਂ ਇਹਦਾ ਜ਼ਿਆਦਾ ਸੀ ਫਿਰ ਇੱਥੇ ਜੀ ਨਹੀਂ ਲਾਉਂਦੀਆਂ ਨਾ ਕੱਟ ਜਾਂਦੇ ਬਾਕੀ ਆਪਾਂ ਇਹ ਤੇ ਵੀਡੀਓ ਪਾਈ ਹੋਈ ਆ ਚੈਨਲ ਤੇ ਆਪਣੇ ਤੇ ਉਹ ਤੇ ਦੇਖ ਲਿਓ ਵੀਡੀਓ ਪਾਈ ਹੋਈ ਆ ਲਹਿਰਾ ਬੇਗਾ ਦੀ ਚੁਆਈ ਆ ਦੁੱਧ ਦੀ ਉਹਦੇ ਉੱਤੇ ਦੱਸਿਆ ਹੋਇਆ ਸਾਰਾ ਰਿਕਾਰਡ ਵੀ ਕਿੰਨਾ ਦਾ ਨੰਬਰ ਦਿਖਾਣ ਵਾਲੋ ਆਈਏ ਉੱਥੇ ਦੂਜੇ ਤੇ ਆਈਏ ਉੱਥੇ ਦੂਜੇ ਅੱਛਾ ਦੱਸਾਂ ਦੇ ਨੰਬਰ ਦਿਖਾਣ ਵਾਲੇ ਲੈ ਲਓ ਹਾਂ ਦਹਾਂ ਕ ਦਿਨਾਂ ਬਾਅਦ ਤਰਖਾਣ ਵਾਲੇ ਹੋਈ ਸੀ ਚੁਆਈ ਉਦੋਂ ਬਾਅਦ ਠੀਕ ਹੈ ਤੇ ਉੱਥੋਂ ਆਈ ਆ ਦੂਜੇ ਤੇ ਉੱਥੋਂ ਕੁਲਦੀਪ ਦੀ ਆਈ ਆ ਫਸਟ ਹੀ ਠੀਕ ਹੈ ਹਾਂਜੀ ਲੈ ਬਈ ਹੁਣ ਇਹਦਾ ਦੱਸੋ ਵੀਰੇ ਗੱਬਣਾ ਕੀ ਆ ਗੱਬਣਾ ਬਾਈ ਮਹੀਨਾ ਰਹਿੰਦਾ ਇਹਦਾ ਮਹੀਨਾ ਰਹਿੰਦਾ ਹਾਂਜੀ ਕਿੰਨੀ ਇੰਚ ਹਾਈਟ ਹੈ ਇਹਦੀ ਇਸ ਸਮੇਂ ਇਹਦੀ ਹਾਈਟ 38 ਇੰਚ ਵੀਰੇ 38 ਇੰਚ ਹਾਈਟ ਹਾਂਜੀ ਫਿਰੋਜ਼ਪੁਰ ਦਾ ਮੰਤਰੀ ਨਾਂ ਦਾ ਬੱਕਰਾ ਆਈ ਜਦੋਂ ਇਹ ਪ੍ਰੈਗਨੈਂਟ ਆਈ ਠੀਕ ਹੈ ਹਾਂਜੀ ਲੈ ਬਈ ਮੰਤਰੀ ਮੰਤਰੀ ਬੱਕਰਾ ਮੰਤਰੀ ਬਲੈਕ ਹਾਂਜੀ ਬਲੈਕ ਆ YouTube ਤੇ ਉਹਨਾਂ ਦੀਆਂ ਵੀਡੀਓ ਵੀ ਪਈਆਂ ਚੜਦਾ ਗੌਡ ਫਾਰਮ ਦੇ ਨਾਮ ਤੇ ਆਪਾਂ ਵੀਡੀਓ ਦੀ ਸਰਚ ਮਾਰ ਸਕਦੇ ਹਾਂ ਉਹਦੇ ਤੇ ਆ ਜੂਗਾ ਚਲੋ ਮਾਰ ਲਿਓ ਸਰਚ ਬਾਈ ਹੈ ਤੇ ਦੰਦ ਇਹਦੇ ਦੰਦ ਹਾਂਜੀ ਵੇਖ ਸਕਦੇ ਆ 8 ਦੰਦ ਪੂਰੇ ਆਈ ਹੁੰਦਾ ਇਹ ਅੱਛਾ ਠੀਕ ਹੈ ਕੀ ਹੋ ਗਿਆ ਹਾਂ ਲੈ ਬਾਈ ਨਹੀਂ ਲਾਇਆ ਦਿਖਾ ਤੇ ਆਇਆ ਸਾਈਡ ਤੇ ਹੋ ਜਾ ਪਹਿਲਾਂ ਤੁਸੀਂ ਦੇਖ ਮੈਂ ਲੈ ਬਾਈ ਦੇਖ ਲਈ ਮੁੱਲ ਕੀ ਕਰਿਆ ਬੱਕਰੀ ਦਾ ਪਹਿਲਾਂ ਮੁੱਲ ਕੋਈ ਨਾ ਆਪਾਂ ਫੋਨ ਤੇ ਕਰ ਲਾਂਗੇ ਜਿੰਨਾ ਵਧੀਆ ਕੋਈ ਮੁੱਲ ਦੇਊ ਤਾਂ ਹੀ ਨਹੀਂ ਉਰੇ ਤਾਂ ਦੱਸਣੀ ਪਊਗਾ ਨਾ ਦੱਸਿਆ ਵਾ ਉਰੇ 90000 ਰੁਪਏ ਮੁੱਲ ਹੈ 90000 ਆ ਹੋਈ ਨਾ ਗੱਲ ਹਾਂਜੀ 90000 ਰੁਪਏ ਮੁੱਲ ਹਾਂਜੀ ਆ ਕੀ ਹੈ ਮੇਮਣਾ ਇਹ ਆਪਣਾ ਬਰੀਡਰ ਰੱਖਿਆ ਹੀ ਹੁਣ ਮੇਮਣਾ ਇਹ ਸੇਲ ਨਹੀਂ ਗਾਈ ਸੇਲ ਨਹੀਂ ਗਾਈ ਹਾਂਜੀ ਇਹ ਨਹੀਂ ਗਾਈ ਇਹ ਬਰੀਡਰ ਹੈ ਹਾਂਜੀ ਕਿੰਨੇ ਮੰਥ ਦਾ ਹੋਊਗਾ ਕੋਈ ਇਹ 4 ਮੰਥ ਦਾ ਹੋ ਗਿਆ ਜੀ 4 ਮੰਥ ਦਾ ਹਾਂਜੀ ਠੀਕ ਹੈ ਕਿੰਨੇ ਕਿੰਨਾ ਕਿੰਨੇ ਵੀਰੇ ਘਰ ਆਪਣੇ ਕੋਲੇ ਹੈਗੇ ਆ 11 ਕਿੰਨਾ ਕਦੋਂ ਕਦੋਂ ਕਰਨ ਲੱਗੇ ਹੋ ਕੰਮ ਥੋੜਾ ਟਾਈਮ ਹੀ ਹੋਇਆ ਫਿਰ ਵੀ ਸਾਲ ਕੀ ਹੋਇਆ ਹੈਗਾ ਸਾਲ ਕੋ ਹੋ ਗਿਆ ਹਾਂਜੀ ਹਾਂਜੀ ਵਧੀਆ ਚੱਲ ਰਿਹਾ ਹਾਂਜੀ ਠੀਕ ਘਾਟਾ ਤਾਂ ਨਹੀਂ ਨਹੀਂ ਘਾਟਾ ਤਾਂ ਨਹੀਂ ਵਧੀਆ ਠੀਕ ਹੈ ਠੀਕ ਹੈ ਇਹਨੂੰ ਤਿਆਰ ਕਰਨਾ ਹੈ ਹਾਂਜੀ ਇਹਨੂੰ ਤਿਆਰ ਕਰਨਾ ਘਰ ਦਾ ਬਰੀਡਰ ਹੈ ਇਹ ਬੱਚਾ ਨਹੀਂ ਇਹ ਬੱਚਾ ਆਪਾਂ ਕਿਸੇ ਤੋਂ ਖਰੀਦਿਆ ਵਾ ਗਾਂ ਤੋਂ ਪਰਚੇਜ਼ ਹਾਂਜੀ ਗਾਂ ਤੋਂ
चार मंथ है जी। चार मंथ ठीक है लगे चार मंथ का मेमना चंगा बनता तनता नक कन वगैरह सारा सुख क्या देख लो। एक पट ले चार दंद भाई बकरा ये भी अपना ही है जी। आ बकरा ले भाई दिंगी उरे पिंदर बकरा भी दिखो ना थोड़ा और बाइयां दा खस्सी बकरा ही है ठीक है हां जी। खीरा हैगा खस्सी खस्सी खीरा बकरा ले हां जी इन छोड़ दे कच्चा खीरा कच्चा खीरा जी हां जी देख सकते किन्ने एक मंथ दा होगा ये हो गया 10 दा हां जी 10 मंथ दा हो गया पूरा ठीक है 10 मंथ दा हाइट पता किन्नी हाइट इहदी हैगी 38 दे 39 होगी ये करदी है ये भी करदा हां जी ठीक है। खस्सी केड़े महीने च कीता जांदा फिर कदों किन्नी उम्र दा खस्सी कीता सीगा आपां इह 7 क महीने दा सीगा 7 क महीने हां जी हां जी ठीक है। ਹੁਣ ਮੁੱਲ ਕਿੰਨਾ ਕਰਦੇ ਹੋ ਇਹਦਾ ਮੁੱਲ ਇਹ ਜੋੜੀ ਹੈ ਜੋੜੀ ਦਾ 50,000 ਕਰਦੇ ਇੱਕ ਇਹਦਾ ਭਰਾ ਬੈਠਾ ਜੀ ਉੱਥੇ ਅੱਛਾ ਇਹਦੇ ਨਾਲ ਦੀ ਹਾਂਜੀ ਇਹਦੇ ਨਾਲ ਦੀ ਠੀਕ ਹੈ ਕਿੰਨਾ ਦੱਸਿਆ ਜੋੜੀ ਦਾ 50,000 ਹੈ ਹਾਂਜੀ ਹਾਂਜੀ ਜੋੜੀ ਦਾ 50,000 ਕਰ ਦਿਓ ਲੱਗਿਆ ਮੁੱਲ ਨਹੀਂ ਮੁੱਲ ਨਹੀਂ ਲੱਗਿਆ ਜੀ ਠੀਕ ਹੈ ਲੈ ਜੀ ਠੀਕ ਹੋਰ ਕਿਹੜਾ ਜਾਨਵਰ ਇੱਕ ਚਾਰ ਦੰਦ ਪੱਠ ਹੈਗੀ ਹੈ ਉਹ ਵਿਖਾ ਦਿਓ ਲਿਆਓ ਚਾਰ ਦੰਦ ਪੱਠ ਸੇਲ ਦੇ ਲਈ ਹੈ ਹਾਂਜੀ ਉਹ ਸੇਲ ਦੇ ਲਈ ਹੈ ਲੈ ਵੀ ਸੇਲ ਵਾਲੀ ਚੀਜ਼ ਤੁਹਾਨੂੰ ਦਿਖਾ ਦਾਂਗਾ ਮੈਂ ਨਹੀਂ ਇਹ ਤਾਂ ਨਹੀਂ ਸੇਲ ਗਿਆ ਇਹ ਤਾਂ ਰੱਖਿਆ ਹੋਇਆ ਬੱਕਰਾ ਬੜਾ ਸੋਹਣਾ ਨਾ ਬਣਦਾ ਕਣਦਾ ਗਾ ਕਿੰਨੀ ਕੀਮਤ ਦਾ ਖਰੀਦਿਆ ਬਾਈ ਇਹ ਇਹ ਤਾਂ 5 ਦਿਨਾਂ ਦਾ ਖਰੀਦਿਆ ਸੀ 20,000 ਦਾ ਜੀ 5 ਦਿਨਾਂ ਦਾ ਹਾਂਜੀ ਕੀ ਬਾਤ ਹੈ ਇਹ ਪੱਠ ਹੈ ਇਹ ਪੱਠ ਹੈ ਹਾਂਜੀ ਗੱਬਣ ਹੈ ਇਹਦਾ 1 ਮਹੀਨਾ ਰਹਿ ਗਿਆ ਜੀ ਸੂਣ 'ਚ ਪੱਕਾ ਪਤਾ ਗਰਮ ਗੱਬਣਾ ਬਾਈ ਹਾਂਜੀ ਗਰੰਟੀ ਨਾਲ ਹੀ ਠੀਕ ਹੈ ਤਿਆਰ ਹੋਈ ਲੈ ਵੀ ਕਿਵੇਂ ਸੂਆ ਲਾਊਗੀ ਪਹਿਲਾਂ ਸੂਆ ਲਾਊਗੀ ਪਹਿਲਾਂ 4 ਦੰਦ ਪੱਠ ਹੈ ਜੀ 4 ਦੰਦ ਪੱਠ ਹਾਂਜੀ ਪਹਿਲਾਂ ਸੂਆ ਲਾਊਗੀ ਮੁੱਲ ਵੀਰੇ ਮੁੱਲ 40,000 ਰੁਪਇਆ 40,000 ਹਾਂਜੀ ਮੁੱਲ ਲੱਗਿਆ ਮੁੱਲ ਲੱਗੀ ਜਾਂਦਾ ਹਾਂਜੀ ਇੱਥੇ ਕਿੰਨਾ ਲੱਗਿਆ ਉਰੇ ਇੱਥੇ 27,000 ਲੱਗੀ ਜਾਂਦਾ ਦੇਣੀ ਕਿੱਥੇ ਤੱਕ ਆ ਥੋੜੇ ਘਾਣੇ ਕਰਾਂਗੇ ਬਾਹਲੇ ਨਹੀਂ ਕਰਦੇ ਜੀ ਇਹਦੇ ਜੋ ਉਹਦੇ 40 ਚੋਂ ਨਾ ਗੁੰਜਾਇਸ਼ ਹੀ ਹੋਊਗਾ ਗੁੰਜਾਇਸ਼ ਹੀ ਹੋ ਗਿਆ ਲੈ ਕਿਸੇ ਥਣ ਪੱਖੋਂ ਘਾਟ ਬਾਅਦ ਹੋਵੇ ਨਾ ਜੀ ਕੋਈ ਨਹੀਂ ਓਕੇ ਜਮਾਈ ਕੋਈ ਰਸੌਲੀ ਵਗੈਰਾ ਹੋਵੇ ਕਿਤੇ ਹੈ ਨਹੀਂ ਨਹੀਂ ਜੀ ਪੈਰ ਠੀਕ ਨੇ ਬਿਲਕੁਲ ਹਾਂਜੀ ਹਾਂਜੀ ਜਮਾ ਥਣ ਵਗੈਰਾ ਜਮਾ ਠੀਕ ਨੇ ਜਮਾ ਹੀ ਕਈ ਵਾਰ ਚਾਰ ਹੁੰਦੇ ਨੇ ਨਹੀਂ ਜੀ ਵੇਖੋ ਜੀ ਲੈ ਦੇਖ ਲਓ ਤੁਹਾਡੇ ਸਾਹਮਣੇ ਬੱਕਰੀ ਤਿਆਰ ਆ ਸੂਣ ਦੇ ਪਹਿਲਾਂ ਸੂਆ ਲਾਊਗੀ ਹਾਈਟ ਉਹ ਕਿੰਨੀ ਕੁ ਹਾਈਟ ਹੋਊਗੀ 36-37 ਕੁ ਹੋ ਗਿਆ ਆਪਾਂ ਕਦੇ ਫੀਤਾ ਤਾਂ ਮਾਰਿਆ ਨਹੀਂ ਤਾਂ ਮਾਰਿਆ ਨਹੀਂ ਇੰਨੀ ਕੀ ਹੋਊਗੀ 35-36 35-37 ਦੇ ਵਿੱਚ ਹਾਈਟ ਲੈ ਵੀ ਫੀਤਾ ਤਾਂ ਬਾਈ ਕਹਿੰਦੇ ਮਾਰਿਆ ਨਹੀਂਗਾ ਹਾਂਜੀ ਬੱਕਰੀ ਵਧੀਆ ਸੋਹਣੀ ਹੈ ਬਣ ਜੀ ਧਣ ਲਈ ਪੂਰੀ ਸੋਹਣੀ ਬੱਕਰੀ ਹੈ ਠੀਕ ਹੈ ਵੀਰ ਹੈ ਠੀਕ ਹੈ ਜੀ ਓਕੇ ਧੰਨਵਾਦ ਬਾਈ ਓਕੇ ਲੈ ਬਾਈ ਲੈਂਬਰ ਖੜਾ ਆਪਣੇ ਕੋਲੇ ਬਾਈ ਸੈਣੇ ਵਾਲਾ ਸੈਣਾ ਨਾ ਲੈਂਬਰ ਹਾਂਜੀ ਹਾਂਜੀ ਸੈਣਾ ਜੀ ਲੈਂਬਰ ਹਸੈਨਪੁਰੀ ਵੀ ਆ ਪਰ ਇਹ ਸੈਣੇ ਵਾਲਾ ਗਾ ਹਾਂਜੀ ਠੀਕ ਹੈ ਨਾ ਗਾਇਕ ਤੇ ਬੱਕਰੀਆਂ ਕਿੰਨੇ ਮੁੱਲ ਵਾਲੀਆਂ ਨੇ ਲੈਂਬਰ ਆ ਬਾਈ ਬੱਕਰੀਆਂ ਦੇਖ ਲਾ ਬਾਈ ਬੱਕਰੀਆਂ ਵਧੀਆ ਚੰਗੀਆਂ ਬੱਕਰੀਆਂ ਗੱਬਣਾ ਨੇ ਤੇ ਪਰ ਜੋੜੀ ਹੈ ਹਾਂ ਜੋੜੀ ਆ ਬਾਈ ਜੋੜੀ ਹਾਂਜੀ ਹਾਂ ਕਿੰਨੇ ਕਿੰਨੇ ਦੰਦ ਆਈ ਗੱਬਣਾ ਕਿੰਨੇ ਮਹੀਨੇ ਦੇ ਨੇ ਇਹ ਬਾਈ 8-8 ਦੰਦ ਆ ਦੋਵੇਂ ਇਹ 3-3 ਮਹੀਨਿਆਂ ਦੀਆਂ ਗੱਬਣਾ ਧਾਰਾਂ ਆਈਆਂ ਦਿੰਦੀਆਂ ਹੁਣ ਇਸ ਟਾਈਮ ਠੀਕ ਹੈ ਹਾਂਜੀ ਗੱਬਣਾ ਦੀ ਗਰੰਟੀ ਹੈ ਹਾਂ ਗੱਬਣਾ ਦੀ ਗਰੰਟੀ ਹੈ ਮੁੱਲ ਕੀ ਹੈ ਜੋੜੀ ਦਾ ਬਾਈ ਇਹ ਜੋੜੀ ਦਾ 1,00,000 ਰੁਪਇਆ ਮੰਗਦੇ ਜੀ ਜੋੜੀ ਦਾ 1,00,000 ਰੁਪਇਆ ਹਾਂਜੀ ਹਾਂ 50,000 ਰੁਪਇਆ ਦੇਣੀ ਕਿੱਥੇ ਤੱਕ ਹੈਗੀ ਕਿੰਨਾ ਲੱਗਿਆ ਇਹਨਾਂ ਦਾ ਜੀ ਆਪਾਂ ਨੂੰ 75,000 ਰੁਪਇਆ ਲੱਗ ਗਿਆ ਦੇਣੀ ਕਿੱਥੇ ਤੱਕ ਫਿਰ ਆਪਾਂ 85 ਤੱਕ ਛੱਡ ਦਾਂਗੇ 85 20,000 ਰੁਪਇਆ ਹੋ ਰਹੇ ਹਾਂਜੀ ਹਾਂਜੀ ਲੈ ਬਈ ਮੁੱਲ ਇਹਨਾਂ ਦਾ ਆਪਾਂ 1,00,000 ਰੁਪਇਆ ਕਰਦੇ ਹਾਂ ਮੁੱਲ 1,00,000 ਰੁਪਇਆ ਹੈ ਹਾਂਜੀ ਹਾਂ ਧਾਰਾਂ ਹੀ ਦਿੰਦੀਆਂ ਨੇ ਹਾਂ ਧਾਰਾਂ ਹੀ ਦਿੰਦੀਆਂ ਜੀ 3-3 ਮਹੀਨਿਆਂ ਦੀਆਂ ਗੱਬਣਾ ਵੀ 2 ਮਹੀਨੇ ਚੱਲ ਕੋ ਦੀਵਾਲੀ ਗੇੜੇ ਸੁਕਣਗੀਆਂ ਹਾਂਜੀ ਹਾਂਜੀ ਲੈ ਬਈ ਬੱਕਰੀਆਂ ਦੇਖ ਲੈ ਲੈਂਬਰ ਬਾਈ ਦੀਆਂ ਦੋ ਬੱਕਰੀਆਂ ਤੋਂ ਆਈ ਤੁਹਾਨੂੰ ਦਿਖਾ ਰਹੇ ਹਾਂਗੇ ਸ਼ਕੀਨਣ ਬੱਕਰੀਆਂ ਆ ਜਿਹੜੀ ਲਾਲ ਫਿਰਦੀ ਹੈ ਬੱਕਰੀ ਹਾਂਜੀ ਇਹ 4 ਮਹੀਨਿਆਂ ਦੀ ਗੱਬਣਾ ਆਪਣੀ ਬੱਕਰੀ ਹੈ ਜੀ ਕਹਿ ਦੰਦਾ ਇਹ ਇਹ 8 ਦੰਦਾ ਇਹ ਕਰਦੀ ਬੱਕਰੀ ਹੈ ਹਾਂ ਕਰਦੀ ਹੈ ਲੈ ਬਈ ਆ ਤਾਂ ਕਰਦੀ ਹੈਗੀ ਹੈ ਹਾਂਜੀ ਗੱਬਣ ਹਾਂ 4 ਮਹੀਨਿਆਂ ਦੀ ਗੱਬਣ 4 ਮਹੀਨਿਆਂ ਦੀ ਹੈ ਹਾਂਜੀ ਠੀਕ ਹੈ ਹਾਂਜੀ ਗੱਬਣ ਦੀ ਸਾਰੀਆਂ ਦੀ ਗਰੰਟੀ ਹੈ ਨਾ ਹਾਂ ਗੱਬਣ ਦੀ ਗਰੰਟੀ 4 ਮਹੀਨੇ ਉਹਦਾ ਮੁੱਲ ਕਿੰਨਾ ਗਾ ਉਹਦਾ ਮੁੱਲ 35,000 ਰੁਪਏ 35,000 ਹਾਂਜੀ ਲੈ ਵੀ ਇਹਦਾ 35,000 ਮੁੱਲ ਆ ਲਾਲ ਬੱਕਰੀ ਜਿਹੜੀ ਤੁਸੀਂ ਮੂਹਰੇ ਦੇਖ ਰਹੇ ਹੋਗੇ ਹਾਂਜੀ 35,000 ਇੱਕ ਬੱਕਰੀ ਆ ਖੜੀ ਆ ਗੱਬਣ ਆਈ ਆ ਵੀ ਇਹ ਕਿੰਨੇ ਰੁਪਏ ਮੁੱਲ ਲੱਗਾ ਇਹਦਾ 30,000 ਰੁਪਇਆ ਮੁੱਲ ਕਰਦੇ ਆ ਇਹਦਾ ਹਾਂਜੀ ਆ ਦੇਖ ਲਓ ਬਾਈ ਇਹਦਾ ਕਰਦਾ ਲੈਂਬਰ ਬਾਈ ਮੁੱਲ ਇਹ 3.5 ਮਹੀਨਿਆਂ ਦੀ ਗੱਬਣ ਆਈ ਜੀ 3.5 ਮਹੀਨਿਆਂ ਦੀ ਗੱਬਣ ਹਾਂਜੀ ਲੈਂਬਰ ਬਾਈ ਹਾਂਜੀ ਇਹ ਕਿੰਨੇ ਪੈਸੇ ਦੀ ਬੱਕਰੀ ਆ ਇਹਦਾ 45,000 ਰੁਪਇਆ ਮੰਗਦੇ 45,000 ਰੁਪਇਆ ਨਗਦ ਕਿਦਾਰ ਨਗਦੀ ਨਗਦ ਹਾਂਜੀ ਧਾਰ ਵੀ ਬੜੀਆਂ ਦੇ ਦਾਨੇ ਨਾ ਹਾਂ ਧਾਰ ਵੀ ਦੇ ਠੀਕ ਹੈ ਮੈਂ ਤਾਂ ਧਾਰ ਵੀ ਪੁੱਛਿਆ ਧਾਰ ਕਿੰਨੇ ਦੀ ਹੈ ਧਾਰ 60,000 ਧਾਰ 60,000 ਦੀ ਹੈਗੀ ਠੀਕ ਹੈ ਚਲੋ ਗੱਬਣ ਕਿੰਨੇ ਮਹੀਨੇ ਦੀ ਆ ਹੈ ਗੱਬਣ ਕਿੰਨੇ 4 ਮਹੀਨਿਆਂ ਦੀ ਗੱਬਣ ਆਈ 4 ਮਹੀਨਿਆਂ ਦੀ ਗੱਬਣ ਆ ਦੇਣੀ ਕਿੱਥੇ ਤੱਕ ਫਿਰ 35 ਦੇ ਦੇਣੀ 35 ਦੀ ਸੌਹੀ ਆ ਹਾਂ ਨਗਦਾਂ ਦੀ ਜਮਾ ਜਮਾ ਨਗਦਾਂ ਦੀ ਹਾਂ ਠੀਕ ਹੈ ਮੰਗਣ ਨੂੰ ਕੋਈ ਮਰਜ਼ੀ ਮੰਗੋ ਕੁਛ ਮਰਜ਼ੀ ਦੰਦ ਦੰਦ 8 ਦੰਦ ਆ ਜੀ 8 ਹਾਂਜੀ ਤੇ ਠੀਕ ਹਾਂਜੀ ਤੇ ਆ ਬੱਕਰੀ ਜਿਹੜੀ ਆ ਦੇਸੀ ਜੀ ਵਿਚਾਰੀ ਹਾਂਜੀ ਹਾਂ ਇਹ ਕਿਆ ਪੈਸਿਆਂ ਦੀ ਆ ਇਹ 12,000 ਦੀ ਇਹ ਕਿਹੜੀ ਨਸਲ ਦੀ ਹੈਗੀ ਬਾਈ ਇਹ ਤਾਂ ਬਾਈ ਬਰਬਰੀ ਜੀ ਆ
ਅੱਧ ਵਿਚਾਲੇ ਜੇ ਲਮਕੀ ਹੋਈ ਆ ਹਾਂ ਹਾਂ ਇਹ ਅੱਧ ਵਿਚਾਲੇ ਲਮਕੀ ਹੋਈ ਬੱਕਰੀ ਹੈ ਜੀ ਨਾ ਤਾਂ ਬਰਬਰੀ ਹੈਗੀ ਨਾ ਬੀਟਲ ਚ ਹੈ ਨਾ ਹਾਂਜੀ ਕਿੰਨੇ ਦੀ ਇਹਦਾ 12000 ਰੁਪਏ 12000 ਨਗਦ ਜੇ ਆਪਾਂ ਬਹਾਦਰੋਂ ਰਹਿੰਦੇ ਜੀ ਇਹ ਹਾਂਜੀ 5500 ਕਿੰਨਾ ਮੁੱਲ ਹੈ ਚਲੋ 10000 ਰੁਪਏ ਦੇ ਦੇ 10000 ਦੀ ਨਾਲ ਕੀ ਉਹਦੇ ਬੱਚਾ ਜਾਂ ਹੁੰਦਾ ਨਾਲ ਬੱਚਾ ਹੈਗਾ ਜੀ ਹੈਗਾ ਹੈਗਾ ਉਹ ਫਿਰਦੀ ਆਪਾਂ ਕਿਹੜਾ ਉਹ ਫਿਰਦੀ ਉਧਰ ਪੱਠ ਹੈ ਪੱਠ ਚਲੋ ਉਧਰ ਪੱਠ ਫਿਰਦੀ ਹੈ ਜੀ ਆਹ ਕੀ ਦੀ ਬੱਕਰੀ ਹਾਂਜੀ ਇਹੀ ਬੱਕਰੀ ਦਿਖਾਈ ਹੈ ਜੀ ਇਹੀ ਦਿਖਾਈ ਠੀਕ ਹੈ ਬਾਈ ਕਿੰਨੇ ਨਗ ਲਿਆਂਦੇ ਸੀ ਲੈਂਬਰ ਬਾਈ ਅੱਜ 15 ਨਗ ਲੈ ਕੇ ਆਇਆ ਸੀ ਕਿੰਨੇ ਸੇਲ ਹੋ ਗਏ 7 ਹੋ ਗਏ ਜੀ 7 ਹੋ ਗਏ ਹਾਂਜੀ ਦਿਹਾੜੀ ਤਾਂ ਪੈ ਗਈ ਹਾਂਜੀ ਦਿਹਾੜੀ ਪੈ ਠੀਕ ਹੈ ਕੋਈ ਪੱਠ ਵੀ ਵਿਕਾਊਗਾ ਛੋਟੀ ਹਾਂਜੀ ਆਹ ਖੜੀ ਜੀ ਦਿਖਾਇਓ ਲੈ ਕੇ ਹੀ ਫੜ ਕੇ ਤੇ ਪੱਠ ਦਿਖਾਉਣੇ ਬਾਈ ਤੁਹਾਨੂੰ ਠੂੰ ਖੁੰਡਾ ਬੜਾ ਕਾਇਮ ਆ ਬਾਈ ਦਾ ਇਹ ਪਿੱਤਲ ਨਾਲ ਮੜਿਆ ਹੋਇਆ ਹੈਗਾ ਆਹ ਕਿਹਦੀ ਫੋਟੋ ਲਾਈ ਹੋਈ ਹੈ ਬਾਈ ਘੋੜੇ ਦੀ ਨੁਕਰੇ ਦੀ ਨੁਕਰੇ ਘੋੜਾ ਹੈਗਾ ਹਾਂਜੀ ਅੱਧਾ ਘੋੜਾ ਹੈ ਵਿਚਾਰਾ ਹਾਂਜੀ ਚੱਲ ਪੱਠ ਕਿੰਨੇ ਮਹੀਨੇ ਦੀ ਵੀਰੇ ਪੱਠ 4 ਮਹੀਨੇ ਦੀ 4 ਮਹੀਨੇ ਦੀ ਹਾਂਜੀ ਕੀ ਮੁੱਲ ਹੈ ਇਹਦਾ 7000 ਰੁਪਏ 7000 ਹਾਂਜੀ ਮੁੱਲ ਸਹੀ ਮੰਗੇ ਯਾਰ ਇਹਦਾ ਹਨਾ ਹਾਂਜੀ ਕਿੱਥੇ ਤੱਕ ਦੇਣੀ ਹੈ ਬਸ 6000 ਦੀ ਦੇ ਦੇ 6000 ਦੀ ਜਮਾ ਸਹੀ ਮੁੱਲ ਆ ਦੇਖੋ ਬਾਈ 6000 ਦੀ ਦੇ ਦਾਂਗੇ ਬਾਈ ਕਹਿੰਦਾ ਵਧੀਆ ਪਲੀ ਹੋਈ ਪੱਠ ਆ ਪੂਰੀ ਵਧੀਆ ਪੱਠ ਕੱਖ ਵੀ ਖਾਂਦੀ ਸਾਰਾ ਕੁਝ ਖਾਂਦੀ ਹੈ ਨਾ ਸਭ ਕੁਝ ਖਾਂਦੀ ਹੈ ਦੁੱਧ ਨਹੀਂ ਪੀਂਦੀ ਦੁੱਧ ਨਹੀਂ ਪੀਂਦੀ ਦੁੱਧ ਤੋੜੀ ਹੋਈ ਆ ਹਾਂਜੀ ਵੀ ਜਿਹੜੇ ਬਾਈ ਨੇ ਘਰੇ ਰੱਖਣੀ ਹੋਵੇ ਉਹਨੂੰ ਲੈ ਸਕਦਾਗਾ ਵਧੀਆ ਚੀਜ਼ ਹੈਗੀ ਹਾਂਜੀ ਗੁਲਾਬੀ ਕਾਨਨ ਹੈ ਨਾ ਹਾਂ ਗੁਲਾਬੀ ਹੈ ਲੈ ਦੇਖ ਲਓ ਤੁਸੀਂ ਪੱਠ ਠੀਕ ਹੈ ਬਾਈ ਫਿਰ ਹਾਂ ਠੀਕ ਧੰਨਵਾਦ ਲੈ ਵੀ ਚਾਚੇ ਸੰਗਾਰ ਕੋਲੇ ਖੜਾਂਗੇ ਬੱਕਰੀ ਦਿਖਾਉਣਗੇ ਤੁਹਾਨੂੰ ਇਹਨੂੰ ਆਪਾਂ ਰਿਸ਼ਤੇਦਾਰ ਵੀ ਕਹਿ ਸਕਦੇ ਹਾਂਗੇ ਕਿਉਂ ਚਾਚਾ ਹਾਂ ਹਾਂ ਦੇਖਣਾ ਕਿੱਥੋਂ ਲਿਆਂਦੀ ਹੈ ਇਹ ਤਾਂ ਬਹੁਤ ਲੁੱਧਣੇ ਕਨੂਲੇ ਕਹਿੰਦੇ ਆ ਅੱਛਾ ਹਾਂਜੀ ਠੀਕ ਹੈ ਦੁੱਧ ਨੂੰ ਕਹੇ ਮੈਂ ਹੁੰਦੀ ਹੈ ਮੈਂ ਸੁਣਿਆ ਵੀ ਇਹ ਬੱਕਰੀ ਸਾਰਿਆਂ ਨੂੰ ਬਾਈ ਦੁੱਧ ਨੂੰ ਪਹਿਲੇ ਨੰਬਰ ਤੇ ਆ ਠੀਕ ਹੈ ਇਹ ਪੁਰਾਣੀ ਜਿਹੜੀ ਅੰਮ੍ਰਿਤਸਰੀਆਂ ਬੱਕਰੀਆਂ ਦਾ ਅਸਲ ਬੱਕਰੀ ਉਹ ਹੈ ਇਹ ਅੱਛਾ ਜਿਹੜੀਆਂ ਪਹਿਲਾਂ ਕਹਿੰਦੇ ਅੰਮ੍ਰਿਤਸਰੀਆਂ ਰਵਾ ਆ ਉਹ ਚੀਜ਼ ਇਹ ਪਹਿਲਾਂ ਵੀ ਹੁੰਦੇ ਰਹਿੰਦੇ ਨੇ ਤੁਹਾਡੇ ਕੋਲੇ ਬੱਕਰੀਆਂ ਹਾਂ ਪਹਿਲਾਂ ਜਿਹੜੀਆਂ ਕਹਿੰਦੇ ਸੀ ਨਾ ਅੰਮ੍ਰਿਤਸਰ ਵਾਲੀਆਂ ਕਿਹੜੀਆਂ ਕਹਿੰਦੇ ਅੰਮ੍ਰਿਤਸਰੀਆਂ ਕਹਿੰਦੇ ਬੀਟਲ ਨਸਲ ਤਾਂ ਹੁਣ ਚੱਲੀ ਆ ਪਹਿਲਾਂ ਆਮ ਕਹੋ ਕਹਿੰਦਾ ਯਾਰ ਅੰਮ੍ਰਿਤਸਰੀ ਕਿਹੜੀ ਆ ਇਹ ਠੀਕ ਹੈ ਇਹ ਅੰਮ੍ਰਿਤਸਰੀ ਅਸਲ ਉਹ ਆ ਪੁਰਾਣੀ ਵੀ ਵੱਧ ਵਾਲ ਨੇ ਦੇ ਹਾਂ ਇਹ ਉਹ ਬਣੀਆਂ ਆਪਣੀਆਂ ਐ ਵਾਲ ਇਹਦੇ ਆਏ ਨੇ ਜਿਵੇਂ ਪੂਰੇ ਫੁੱਲ ਹੁੰਦੇ ਨੇ ਨਾ ਹਾਂ ਤੇ ਬਾਕੀ ਕਾਠ ਵੱਡ ਦੇਖ ਲਓ ਥੱਲੇ ਥਣ ਥਣ ਦੇਖ ਤੂੰ ਬੱਕਰੀ ਦੇ ਨੱਕ ਨਕੌੜਾ ਦੇਖ ਤੂੰ ਉਮਰ ਦੀ ਕਿਵੇਂ ਹੁਣ ਇਹ ਉਮਰ ਤਾਂ ਬਸ ਜੀ ਇਦੋਂ ਟੱਪੀ ਵੀ ਆ ਇਦੋਂ ਟੱਪੀ ਹੋਈ ਆ ਜਿਆਦੇ ਉਮਰ ਦੀ ਆ ਗਈ ਹੈ ਨਾ ਹਾਂ ਹਾਂ ਉਦੋਂ ਠੀਕ ਹੈ ਤੂੰ ਦੁੱਧ ਕਿੰਨਾ ਕ ਦਿੰਦੀ ਹੋ ਇਹ ਦੁੱਧ ਦਿੰਦੀ ਹੋ ਮੇਰੇ ਹਿਸਾਬ ਨਾਲ 6 ਕਿਲੋ ਦੋਨਾਂ ਟਾਈਮਾਂ ਦਾ ਇਹ ਹੈ ਹਾਂ ਹਜੇ ਠੀਕ ਹੈ ਵੀ ਇਹ ਇਹਨਾਂ ਦੁੱਧ ਦਿੰਦੀ ਆ ਹਾਂ ਦੋ ਹਜੇ ਵੀ ਦੋ ਜੀ ਸੂਪੀ ਠੀਕ ਹੈ ਗੱਬਾਗੀ ਠੀਕ ਹੈ ਸੂਕੇ ਕੱਢੂਗੇ ਇਹਨਾਂ ਦੁੱਧ ਹਾਂ ਕੱਢੂਗੀ ਠੀਕ ਹੈ ਮੁੱਲ ਕੀ ਹੈ ਇਹਦਾ ਵੈਸੇ ਮੁੱਲ ਤਾਂ ਜੀ ਹੁਣ ਜਿਹੜੇ ਹਿਸਾਬ ਨਾਲ ਵੱਡੀ ਕਰਕੇ ਇਹਦਾ ਮੁੱਲ ਤਾਂ 30000 ਰੁਪਏ ਠੀਕ ਹੈ ਵੀ ਹੁਣ ਮੁੱਲ ਨਹੀਂ ਆਇਆ ਜਰਾ ਹਾਂ ਜੋ ਮੈਂ ਹੁੰਦੀ ਤਾਂ 70000 ਦੀ ਬੱਕਰੀ ਆ ਜੇ ਦੁੱਧ ਦੇ ਹਿਸਾਬ ਨਾਲ ਹੁੰਦੀ ਹੈ ਦੇ ਹਿਸਾਬ ਨਾਲ 70000 ਦੀ ਬੱਕਰੀ ਆ ਜੇ ਉਮਰ ਦਾ ਸਹੀ ਹੁੰਦੀ ਆ ਚਲ ਹੁਣ ਇਹ ਵੀ ਬੱਚਾ ਬੁੱਚਾ ਜਿਹਨੇ ਰੱਖਣੇ ਆਪਣੇ ਰੱਖ ਲਿਆ ਜਾਂ ਕੋਈ ਲੈ ਜੇ ਬੱਚੇ ਟੌਪ ਦੇਊਗੇ ਨੱਕ ਨੂੰ ਦੇਖ ਤੂੰ ਠੀਕ ਹੈ ਕੰਨ ਸਿੰਗੀ ਨੱਕ ਠੀਕ ਹੈ ਇਹਦਾ ਦੇਖਣ ਵਾਲਾ ਕਹਿੰਦਾ ਬੋਕਦਾ ਨੱਕ ਮੀਡਾ ਆਮ ਫਿਰ ਕਹਿੰਦਾ ਯਾਰ ਸੀਕ ਆ ਯਾਰ ਜੀ ਠੀਕ ਹੈ ਥੱਲਿਆ ਥਣ ਥਣ ਵੀ ਵੇਖ ਸਕਦੇ ਥਣ ਵੀ ਦੇਖ ਲਓ ਬਾਈ ਹਾਂ ਦੇਖ ਆ ਤੁਹਾਨੂੰ ਹੋਰ ਦਿਖਾਉਣੇ ਬੱਕਰੀ ਫੁਰਕ ਕਰੀ ਜਾਂਦੀ ਆ ਤਾਂ ਇਹਦਾ ਝੋਲਾ ਲਾ ਕੇ ਦਿਖਾ ਦਿੰਨੇ ਆ ਬੱਕਰੀ ਦਾ ਵੀ ਇਹਦਾ ਚਲੋ ਇਹਨੂੰ ਦਿਖਾਉਣੇ ਆ ਫੜ ਕੇ ਵੀ ਬੱਕਰੀ ਦੋਨੇ ਬੱਕਰੀਆਂ ਫੜ ਲਈਆਂ ਕਛੇਰੀ ਦਾ ਅੱਛਾ ਦੁੱਧ ਵਾਲੀਆਂ ਬੱਕਰੀਆਂ ਪਰ ਇਹ ਚਾਚਾ ਹਾਂ ਕਿੰਨੇ ਮੁੱਲ ਦੀ ਬੱਕਰੀ ਆ ਕਿਹੜੀ ਇਹ 28000 ਦੀ ਆ ਜੀ ਆਪਾਂ ਐਵੇਂ ਮੰਗ ਲਈ 40-45000 ਗੱਬਣ ਗੱਬਣ ਬੱਕਰੀ ਕੁਛ ਦਿਨ ਹੋ ਗਿਆ ਲੱਗਿਆ ਤਿੰਨਾਂ ਬੱਕਰੀਆਂ ਝੋਲੇ ਲਾ ਲਾ ਵੀ ਦਿਖਾਉਣੇ ਆਪਾਂ ਬਲਾਈ ਚ ਮਾਰ ਦੇ ਕੈਮਰਾ ਲਾ ਲੈ ਵੀ ਮਾਰ ਦੇ ਕੈਮਰਾ ਖਾਣ ਵੀ ਦੇਖ ਲਓ ਦੁੱਧ ਦਿੰਦੀਆਂ ਨੇ ਹਾਂ ਦੁੱਧ ਦੇਣ ਦੁੱਧ ਮੈਂ ਗਾਰੰਟੀ ਵਾਲਾ ਦੁੱਧ ਅਮਰੀਕਨਾਂ ਗਾਈਆਂ ਜਿਨਾ ਦੁੱਧ ਦੇਣ ਤਾਂ ਆਪਣੀ ਹੋਊਗਾ ਠੀਕ ਹੈ ਇਹ ਮਾੜੀ ਮਾਜੇ ਇਹਨਾਂ ਦੁੱਧ ਦਿੰਦੀਆਂ ਨੇ ਹਾਂ ਅਮਰੀਕਨਾਂ ਗਾਈਆਂ ਹੀ ਮੰਨ ਕੇ ਚੱਲੀ ਤੂੰ ਉਹਨਾਂ ਦਾ ਠੀਕ ਹੈ ਹਾਂ ਵੀ ਬੱਕਰੀਆਂ ਦੇ ਹਿਸਾਬ ਨਾਲ ਅਮਰੀਕਨ ਗਾਈਆਂ ਹੁਣ ਵੀ ਤੈਨੂੰ ਆਇਆ ਵੀ ਚੋਊਗਾ 28000 ਮੁੱਲ ਮੰਗਿਆ ਹਾਂ ਦੇਣੀ ਕਿੱਥੇ ਤੱਕ ਆਪਾਂ ਇਹ ਵੈਸੇ ਬਸ ਇੱਥੇ ਹੀ ਛੱਡਾਂਗੇ ਉਧਰ ਹਜ਼ਾਰ ਖੰਡ ਉਧਰ ਹੀ ਹੋ ਜਾਂਦਾ ਚਲੋ ਇੱਕ ਲੱਗਣ ਕੇ ਯਾਰ ਕਾਗਲ ਕੱਢ ਜੂਗਾ ਜੀ ਹਾਂ ਇਹ ਇੱਧਰ ਕਰਦੇ ਆਹ ਆਹ ਸ਼ੇਰੀ ਕਲਰ ਦੀ ਆਹ ਪਾ ਜੀ ਵਧਰ ਚੋਲ ਲੈ ਵੀ ਆਹ ਦਿਖਾਉਣੇ ਸ਼ੇਰੀ ਕਲਰ ਵਾਲੀ ਇਹਦੇ ਵੀ ਥਾਂ ਤੁਹਾਨੂੰ ਸਾਡਾ ਥਾਂ ਦਿਖਾ ਦਿੰਨੇ ਆ ਬੱਕਰੀ ਦਾ ਹਾਂ ਸੋਹਣਾ ਨਜ਼ਾਰਾ ਇਹ ਨਹੀਂ ਵੀ ਨਿਕਲੇ ਨਿਕਲੇ ਚੀਜ਼ ਮਾਰ ਕੇ ਥਾਂ ਹੁਣ ਕੇ ਬੱਕਰੀਆਂ ਦੇ ਆਪਣੀਆਂ ਕੀ ਬਾਤ ਹੈ ਇਹਦਾ ਅੱਡ ਪੱਟਾ ਇਹ ਤਾਂ ਵਧੀਆ ਦੁੱਧ ਦੇ ਰਹੀ ਹੁਣ ਵੀ ਹਾਂ ਬਾਕੀ ਇਹ ਨਵਾਂ ਹਾਣੀ ਆ ਤਾਂ ਹਜੇ ਲੈ ਕਿੰਨੇ ਦੰਦ ਹੈ ਦੰਦਾਂ ਚ 8 ਦੰਦਾਂ ਚ ਹੁਣ ਹਜੇ ਹੁਣ ਪੂਰੇ ਪੂਰੇ ਕਰੀ ਆ ਹਾਂ ਠੀਕ ਹੈ ਠੀਕ ਵਧੀਆ ਸਾਫ ਦੰਦਾਂ ਜਾ ਗਈ ਪੂਰੀ ਹਾਂ ਜੀ ਹਾਂ ਨਵੇਂ ਦੰਦਾਂ ਚ ਪਾਠਾਂ ਕੀ ਕਹੇ ਇਹਦਾ ਮੁੱਲ ਚਾਚਾ ਇਹਦਾ 30000 ਰੁਪਏ ਮੁੱਲ 30000 ਹਾਂ ਇਹਦਾ 30000 ਮੁੱਲ ਆ ਗਿਆ ਹਾਂ ਤੇ ਕੋ ਦੂਜੀ ਦਾ ਵੀ ਝੋਲਾ ਲਾ ਕੇ ਦਿਖਾਉਣੇ ਪਿੰਡ ਕਿਹੜਾ ਆਪਣਾ ਪਿੰਡ ਬੁਰਜ ਰਾਜਗੜ੍ਹ ਆ ਜੀ ਬੁਰਜ ਰਾਜਗੜ੍ਹ ਜ਼ਿਲ੍ਹਾ ਜ਼ਿਲ੍ਹਾ ਬਠਿੰਡਾ ਹੀ ਪੈਂਦਾ ਹਾਂ ਤੇ ਲਾਸਟ ਪਿੰਡ ਆਪਣੀ ਆ ਹਾਂ ਠੀਕ ਆ ਬਰਨਾਲੇ ਦੇ ਬਰਨਾਲੇ ਜ਼ਿਲ੍ਹੇ ਦੇ ਨਾਲ ਲਾਸਟ ਪਿੰਡ ਪੈਂਦਾ ਹਾਂ ਹਾਂ ਹੱਦ ਤੇ ਆਪਣਾ ਉਧਰ ਮੋਗੇ ਤੇ ਵੀ ਲਾਸਟ ਆ ਠੀਕ ਹੈ ਤਿੰਨ ਜ਼ਿਲ੍ਹਿਆਂ ਚ ਲੱਗਦਾ ਆਪਣਾ ਪਿੰਡ ਠੀਕ ਆ ਲੈ ਵੀ ਹੋਰ ਦਿਖਾਓ
10 ਪਸ਼ੂ ਦਾ ਸੀਗਾ ਆਪਣੇ ਕੋਲੇ 12 ਪਸ਼ੂ 4-5 ਵਿਕੇ ਹਾਂ ਹਾਂ ਵਿਕੇ ਹੋਰ ਵੀ ਲੱਗ ਰਿਹਾ ਉਮਲ ਤਾਂ ਇਹਨਾਂ ਤੇ ਵੀ ਹਾਂ ਲੱਗਦਾ ਦੇ ਇਹਦਾ ਵੀ ਝੋਲਾ ਲਾ ਕੇ ਦਿਖਾਉਣਾ ਸਨ ਸਲ ਦੇ ਪਹਿਲਾਂ ਐ ਕਰਦੇ ਥਾਣਾ ਤੇ ਮਾਰੋ ਮੈਂ ਇਹ ਥਾਣੇ ਵਾਲਾ ਮੂੰਹੋਂ ਤਾਂ ਹਰ ਇੱਕ ਹੀ ਅਗਲਾ ਕਹਿੰਦਾ ਮਰੀਕਣਾ ਕਾਂਜਾ ਨਾ ਹਾਂ ਉਸ ਮੰਨ ਕੇ ਕਹਿ ਕੇ ਤੇ ਕਹੀ ਠੀਕ ਹੈ ਮਾਰੀ ਤਾਰਾ ਚਾ ਹਾਂ ਤਾਰਾ ਮਾਰ ਕੇ ਲੈ ਹਾਂ ਸਹੀ ਗੱਲ ਇਹ ਵੀ ਗੱਬਣਾ ਛੇ ਨਾਗ ਨੇ ਵੀ ਟੰਡੀ ਦਾ ਮੁੱਲ ਹੈਗਾ 20,000 ਹਾਂ ਫਿਰ ਐ ਹੁੰਦਾ ਵੀ ਵੱਡੀਆਂ ਛੋਟੀਆਂ ਸਾਰੀਆਂ ਵਿੱਚ ਹੀ ਲੰਘਦੀਆਂ ਨੇ ਕੀ ਆਏ ਹੁੰਦਾ ਆਪਾਂ ਨੂੰ ਲਾਲਚ ਇਕੱਠੀਆਂ ਵੇਖਦੇ ਆਪਣੇ ਆਹ ਗੱਲ ਹੋ ਜਾਂਦੀ ਹੈ ਨਾ ਬਾਕੀ ਮੌਕੇ ਤੇ ਥੋੜਾ ਬਹੁਤਾ ਹੋਰ ਹੋ ਜਾਊਗਾ ਥੋੜਾ ਬਹੁਤਾ ਨਾ ਠੀਕ ਹੈ ਚਾਚਾ ਹੈ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ ਚਾਚਾ ਸੰਗਾਰ ਬੜੀਆਂ ਘੈਂਟ ਬੱਕਰੀਆਂ ਲੈ ਕੇ ਆਉਂਦਾ ਹੁੰਦਾ ਜ਼ਿਆਦਾਤਰ ਦੁੱਧ ਵਾਲੀਆਂ ਬੱਕਰੀਆਂ ਹੀ ਲੈ ਕੇ ਆਉਂਦੇ ਨੇ ਅਤੇ ਚਾਚਾ ਸੰਗਾਰ ਮੰਡੀ ਦੇ ਵਿੱਚ ਤਕਰੀਬਨ ਜਿੱਥੇ ਵੀ ਜਾਂਦਾ 10-5 ਨਗ ਵੇਚ ਕੇ ਆਉਂਦਾ ਹੈਗਾ ਖਰੀਦ ਕੇ ਵੀ ਲੈ ਜਾਂਦਾ ਕਿਉਂ ਚਾਚਾ ਲੈ ਵੀ ਚਾਚੇ ਦੀ ਇਹੀ ਖਾਸੀਅਤ ਹੈ ਵੀ ਲਾਗੇ ਬੰਨਿਓ ਕਿਤੋਂ ਵੀ ਮਾਲ ਖਰੀਦਦੇ ਵੀ ਨੇ ਅਤੇ ਮੰਡੀਆਂ 'ਤੇ ਵੇਚਦੇ ਵੀ ਨੇ ਇਹਨਾਂ ਨੂੰ ਵੇਚ ਵੀ ਸਕਦੇ ਹਾਂ ਇਹਨਾਂ ਤੋਂ ਖਰੀਦ ਵੀ ਸਕਦੇ ਹਾਂ ਇਹੀ ਵਪਾਰੀ ਦੀ ਖਾਸੀਅਤ ਹੁੰਦੀ ਆ ਕਿੰਨਾ ਕਿੰਨਾ ਕੁ ਵਿਕ ਜਾਂਦਾ ਚਾਚਾ 100 ਕਿੰਨਾ ਕੁ ਤਾਂ ਵੇਚ ਹੀ ਦਿੰਦੇ ਹਾਂ ਨਾ ਆਪਾਂ ਹਾਂ ਵਿਕ ਜਾਂਦਾ ਜੀ ਵੀ 100 ਕਿੰਨਾ ਕੁ ਮਹੀਨੇ ਦਾ ਵਿਕ ਜਾਂਦਾ ਕਪੈਸਿਟੀ ਦੇ ਆਪਦੇ ਵਿਕ ਜਾਂਦਾ ਨਾ ਮਹੀਨੇ ਦਾ ਠੀਕ ਹੈ ਕਿੰਨੇ ਕੁ ਚਿਰ ਦਾ ਵਪਾਰ ਹੋਊ ਆਪਣਾ ਵਪਾਰ ਜੀ ਮੈਨੂੰ ਹੋ ਗਏ ਹੋਣੇ ਵੀ ਘੱਟੋ ਘੱਟ ਨਾ ਵਾਲੇ 25-30 ਸਾਲ ਦਾ 25-30 ਸਾਲ ਫਿਰ ਤਾਂ ਜਵਾਨੀ 'ਚ ਲੱਗੇ ਸੀ ਵਪਾਰ ਕਰਨ ਠੀਕ ਹੈ ਪਹਿਲਾਂ ਘਰ ਦੇ ਰੱਖਦੇ ਸੀ ਬੱਕਰੀਆਂ ਆਪਣੇ ਬੜੇ ਹੁਣ ਵੀ ਹੈਗੇ ਆਪਣੇ ਘਰੇ ਨਾ ਬਡੇਰੇ ਰੱਖਦੇ ਸੀ ਆਪਣੇ ਹਾਂ ਜੀ ਆਪਾਂ ਤਾਂ ਤੀਜੀ ਪੀੜ੍ਹੀ ਚ ਆ ਗਏ ਤੀਜੀ ਪੀੜ੍ਹੀ ਚ ਤੀਜੀ ਪੀੜ੍ਹੀ ਚ ਆ ਗਏ ਠੀਕ ਪਹਿਲਾਂ ਇਹ ਤਾਂ ਫਿਰ ਮੰਨ ਕੇ ਚੱਲੋ ਵੀ ਆਪਣਾ 1947 ਤੋਂ ਪਹਿਲਾਂ ਦੇ ਹਾਂ ਬਸ ਉਦੋਂ ਦੇ ਉਦੋਂ ਮੇਰਾ ਬੰਡ ਤੋਂ ਹੀ ਪਹਿਲਾਂ ਦੇ ਬੱਕਰੀਆਂ ਰੱਖਦੇ ਹਾਂ ਦਾਦਾ ਪਹਿਲਾਂ ਚਾਰਦੇ ਰਹੇ ਫਿਰ ਮੇਰਾ ਬਾਈ ਆ ਗਿਆ ਹਾਂ ਉਦੋਂ ਬਾਅਦ ਠੀਕ ਹੈ ਜਿਹੜੀ ਆਪਣੇ ਕਹਿੰਦੇ ਹੁੰਦੇ ਨੇ ਵੀ ਹੈ ਨਾ ਹੱਲੇ ਹੋਏ ਸੀ ਹਾਂ ਉਦੋਂ ਬਸ ਉਦੋਂ ਪਹਿਲਾਂ ਵੀ ਰੱਖਦੇ ਹਾਂ ਉਦੋਂ ਪਹਿਲਾਂ ਮੇਰਾ ਦਾਦਾ ਚਾਰ ਦਿੰਦਾ ਮੇਰਾ ਬਾਈ ਦਾਦੇ ਉਦੋਂ ਹੱਲੇ ਵੇਲੇ ਜਾਣੀ ਮੰਨ ਕੇ ਮੇਰੇ ਬਾਈ ਦਾ ਨਿਕਾਹ ਹੋਇਆ ਸੀ ਠੀਕ ਹੈ ਦੇ ਹੁੰਦੇ ਨਾ ਬੁੜੇ ਕਵੀ ਆਏ ਉਦੋਂ ਇੰਨਾ ਕੁਝ ਕੋਈ ਤੋਂ ਬਾਅਦ ਉੱਥੇ ਮਰੇ ਕੋਲੇ ਠੀਕ ਹੈ ਉੱਥੇ ਰਹਿ ਪਿੰਡ ਦਾ ਸੜਾ ਖਾਸ ਹੈਗਾ ਫਰੀਦਪੁਰੀ ਠੀਕ ਹੈ ਮੇਰੇ ਨਾਨਕੀ ਸੀ ਫਿਰ ਮੇਰਾ ਮਾਮਾ ਇਕੱਲਾ ਰਹਿ ਗਿਆ ਸੀ ਠੀਕ ਹੈ ਹੱਲੇ ਚੱਲੇ ਵੇਲੇ ਠੀਕ ਹੈ ਫਿਰ ਮੇਰੇ ਮਾਮਾ ਮੇਰੇ ਬਾਈ ਨੂੰ ਇੱਥੇ ਰਹੇ ਸਰ ਹੁਣ ਸਾਡੇ ਨਾਨਕੀ ਰਹਿੰਦੇ ਸੀ ਆਪ ਠੀਕ ਹੈ ਸੰਗਾਰ ਚਾਚੇ ਨੇ ਬਹੁਤ ਕੰਮ ਦੀਆਂ ਗੱਲਾਂ ਕੀਤੀਆਂ ਨੇ ਗੱਲਾਂ ਤਾਂ ਹੋਰ ਵੀ ਕਰਦੇ ਜੇ ਆਪਾਂ ਵੀਡੀਓ ਉਸ ਤਰ੍ਹਾਂ ਦੀ ਬਣਾਉਂਦੇ ਹੋਰ ਵੀ ਤੁਹਾਨੂੰ ਜਾਣਕਾਰੀ ਦੇ ਦਾਂਗੇ ਪਰ ਧੰਨਵਾਦ ਕਰਦੇ ਸੰਗਾਰ ਚਾਚੀ ਦਾ ਠੀਕ ਹੈ ਚਾਚਾ ਲਓ ਤੁਹਾਨੂੰ ਵੀਡੀਓ ਕਿਵੇਂ ਲੱਗੀ ਰਾਏ ਜ਼ਰੂਰ ਦਿਓ ਧੰਨਵਾਦ ਫਿਰ ਮਿਲਾਂਗੇ